ਕੰਪੇਨ ਸਾਡੀ ਇਸ ਵਕਤ ਜਿੱਦਾਂ ਜਿੱਦਾਂ ਗਰਮੀ ਵਧਣ ਡੀ ਆ, ਸਮਝ ਲਓ ਕੰਪੇਨ ਵੀ ਓਨੀ ਸਪੀਡ ਨਾਲ ਹੀ ਗਰਮ ਹੋਣ ਡੀ ਆ ਜਾਂ ਸਪੀਡ ਫੰਡ ਡੀ ਆ। ਅੱਜ ਵੀ ਜਿਹੜੀ ਮੀਟਿੰਗ ਆ ਉਹ ਸਾਡੇ ਵਰਕਰ ਸਾਹਿਬਾਨ, ਬਹੁਤ ਸਾਰੇ ਵਰਕਰ ਸਾਹਿਬਾਨ ਇੱਦਾਂ ਵਾ ਵੀ ਵੱਡਾ ਹਲਕਾ ਹੋਣ ਕਰਕੇ ਉਹਨਾਂ ਨਾਲ ਫੋਨ ਤੇ ਕੰਟੈਕਟ ਨਹੀਂ ਹੋ ਸਕਿਆ ਜਾਂ ਮਿਲਿਆ ਨਹੀਂ ਜਾ ਸਕਦਾ। ਉਹਨਾਂ ਨੂੰ ਅੱਜ ਅਸੀਂ ਆਪਣੇ ਦਫ਼ਤਰ ਬੁਲਾ ਕੇ ਇੱਕ ਮਿਲਣੀ ਦਾ ਪ੍ਰੋਗਰਾਮ ਹੈ ਉਹਨਾਂ ਨੂੰ ਲੈ ਕੇ। ਪਹਿਲਾਂ ਵੀ ਬੜੀ ਮਿਹਨਤ ਕਰਦੇ ਹਾਂ ਅਤੇ ਹੋਰ ਸਪੀਡ ਨਾਲ ਇਸ ਚੋਣ ਮੈਪ 'ਚ ਡਟ ਕੇ ਸਾਡੇ ਨਾਲ ਸਾਥ ਦੇਣਗੇ, ਪਾਰਟੀ ਦਾ ਸਾਥ ਦੇਣਗੇ। ਉਹਨਾਂ ਦਾ ਮੌਸਮ ਜਿੱਦਾਂ ਹੀ ਸ਼ੁਰੂ ਹੋਇਆ ਤੇ ਤੁਸੀਂ ਵੇਖ ਰਹੇ ਹੋ ਕਿ ਹਰ ਜਗ੍ਹਾ ਰੈਲੀਆਂ ਦੀ ਭਰਮਾਰ ਹੈ ਤੇ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਇਹਨਾਂ ਦੇ ਦਫ਼ਤਰ 'ਚ ਵੀ ਅੱਜ ਗਹਿਮਾ ਗਹਿਮੀ ਕਾਫੀ ਵੇਖਣ ਨੂੰ ਮਿਲ ਰਹੀ ਆ। ਇੱਕ ਬੜੀ ਵੱਡੀ ਰੈਲੀ ਹੋ ਰਹੀ ਆ ਕਾਂਗਰਸ ਸੇਵਾ ਦਲ ਦੀ ਤੇ ਉੱਥੇ ਹੁੰਮ ਹੁਮਾ ਕੇ ਕਾਫੀ ਲੋਕ ਉੱਥੇ ਪਹੁੰਚੇ ਹੋਏ ਨੇ, ਰੈਲੀ ਨੂੰ ਭਰਪੂਰ ਸਮਰਥਨ ਮਿਲ ਰਿਹਾ ਤੇ ਆਪਾਂ ਇੱਥੇ ਪਹੁੰਚੇ ਹਾਂ ਇਹਨਾਂ ਦੇ ਆਪਣਾ ਔਜਲਾ ਸਾਹਿਬ ਦੇ ਆਫਿਸ ਵਿੱਚ, ਇਹਨਾਂ ਦੇ ਆਫਿਸ ਇੰਚਾਰਜ ਨੇ ਤੇ ਛੋਟੇ ਬ੍ਰਦਰ ਨੇ ਸੁੱਖ ਔਜਲਾ ਜੀ, ਅਸੀਂ ਇਹਨਾਂ ਨਾਲ ਗੱਲ ਕਰਾਂਗੇ ਜੀ। ਪੰਜਾਬ ਕੇਸਰੀ ਜਗਬਾਣੀ ਵੱਲੋਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਪੁੱਛਣਾ ਸੀ ਕਿ ਕਿਸ ਤਰ੍ਹਾਂ ਤੁਹਾਡੀ ਇਹ ਕੰਪੇਨ ਚੱਲ ਰਹੀ ਹੈ? ਧੰਨਵਾਦ। ਕੰਪੇਨ ਸਾਡੀ ਇਸ ਵਕਤ ਜਿੱਦਾਂ ਜਿੱਦਾਂ ਗਰਮੀ ਵਧਣ ਡੀ ਆ, ਸਮਝ ਲਓ ਕੰਪੇਨ ਵੀ ਓਨੀ ਸਪੀਡ ਨਾਲ ਹੀ ਗਰਮ ਹੋਣ ਡੀ ਆ ਜਾਂ ਸਪੀਡ ਫੰਡ ਡੀ ਆ। ਸਾਡਾ ਡੇਲੀ ਦੇ ਪ੍ਰੋਗਰਾਮ ਆ, ਅਰਲੀ ਮਾਰਨਿੰਗ ਤੋਂ ਚੱਲ ਕੇ ਲੇਟ ਨਾਈਟ ਤੱਕ ਇਹ ਪ੍ਰੋਗਰਾਮ ਹੈ ਜਿਹੜੇ ਅਸੀਂ 1-to-1 ਵਰਕਰਸ ਨਾਲ ਮੀਟਿੰਗ ਕਰ ਰਹੇ ਹਾਂ। ਅੱਜ ਵੀ ਜਿਹੜੀ ਮੀਟਿੰਗ ਆ ਉਹ ਸਾਡੇ ਵਰਕਰ ਸਾਹਿਬਾਨ, ਬਹੁਤ ਸਾਰੇ ਵਰਕਰ ਸਾਹਿਬਾਨ ਇੱਦਾਂ ਵਾ ਵੀ ਵੱਡਾ ਹਲਕਾ ਹੋਣ ਕਰਕੇ ਉਹਨਾਂ ਨਾਲ ਫੋਨ ਤੇ ਕੰਟੈਕਟ ਨਹੀਂ ਹੋ ਸਕਿਆ ਜਾਂ ਮਿਲਿਆ ਨਹੀਂ ਜਾ ਸਕਦਾ। ਉਹਨਾਂ ਨੂੰ ਅੱਜ ਅਸੀਂ ਆਪਣੇ ਦਫ਼ਤਰ ਬੁਲਾ ਕੇ ਇੱਕ ਮਿਲਣੀ ਦਾ ਪ੍ਰੋਗਰਾਮ ਹੈ ਉਹਨਾਂ ਨੂੰ। ਇੱਕ ਆਪਾਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਆਪਾਂ ਆਪਣੇ ਮੋਰਚੇ ਸੰਭਾਲੀਏ ਹਮੇਸ਼ਾ ਦੀ ਤਰ੍ਹਾਂ, ਜਿੱਦਾਂ ਵਰਕਰ ਡਟ ਕੇ ਖੜ੍ਹਦੇ ਆ। ਮੈਨੂੰ ਆਸ ਹੈ ਵੀ ਇਹ ਸਾਰੇ ਵਰਕਰ ਅੱਜ ਤੋਂ ਮੋਟੀਵੇਸ਼ਨ ਲੈ ਕੇ, ਪਹਿਲਾਂ ਵੀ ਬੜੀ ਮਿਹਨਤ ਕਰਦੇ ਆ ਅਤੇ ਹੋਰ ਸਪੀਡ ਨਾਲ ਇਸ ਚੋਣ ਮੁਹਿੰਮ 'ਚ ਡਟ ਕੇ ਸਾਡੇ ਨਾਲ ਸਾਥ ਦੇਣਗੇ, ਪਾਰਟੀ ਦਾ ਸਾਥ ਦੇਣਗੇ। ਇਹ ਪਿੰਡਾਂ ਦੇ ਵਿੱਚ ਤੁਹਾਨੂੰ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਹੈ? ਮੈਨੂੰ ਆਸ ਹੈ ਕਿ ਅਸੀਂ ਬੜੇ ਵੱਡੇ ਮੈਂਡੇਟ ਨਾਲ ਜਿੱਤ ਕੇ, ਜਿਹੜੀ ਕਾਂਗਰਸ ਦੀ ਸੀਟ ਆ ਉਹ ਇੰਡੀਅਨ ਅਲਾਈਅੰਸ ਦੀ ਸਰਕਾਰ ਬਣ ਰਹੀ ਆ ਅਤੇ ਆਪਾਂ ਉਹਦੇ 'ਚ ਮੋਹਰੀ ਇੱਕ ਸੂਬਾ ਪੰਜਾਬ ਦਾ ਇੱਕ ਮੋਹਰੀ ਜ਼ਿਲ੍ਹਾ ਅੰਮ੍ਰਿਤਸਰ ਅਨੁਮਾਨ ਹੈ ਕਿ ਉੱਥੇ MP ਚੋਣ ਲੜਦੇ ਹਾਂ ਅਤੇ ਅਸੀਂ ਇਹ ਵੀ ਸੀਟ ਜਿੱਤ ਕੇ ਕਾਂਗਰਸ ਹਾਈਕਮਾਂਡ ਦੀ ਝੋਲੀ ਪਾਵਾਂਗੇ। ਧੰਨਵਾਦ। ਹਾਂਜੀ ਬਿਲਕੁਲ ਜੀ, ਸਹੀ ਕਿਹਾ ਇਹਨਾਂ ਨੇ। ਗੁਰਜੀਤ ਸਿੰਘ ਔਜਲਾ ਜਿਵੇਂ ਵੇਖਿਆ ਜਾਵੇ ਤੇ 2 ਵਾਰ ਪਹਿਲਾਂ ਵੀ ਸੰਸਦ ਰਹਿ ਚੁੱਕੇ ਨੇ ਤੇ 3ਜੀ ਵਾਰ ਵੀ ਜਿਹੜਾ ਵਾ, ਜਿਸ ਤਰ੍ਹਾਂ ਦਾ ਇੱਥੇ ਰਸ਼ ਇਕੱਠਾ ਹੋਇਆ ਵਾ ਉਹ ਲੱਗ ਰਿਹਾ ਵਾ ਕਿ ਉਹਨਾਂ ਨੂੰ ਵਧੀਆ ਲੀਡ ਨਾਲ ਉਹ ਫਿਰ ਇਹਨਾਂ ਨੂੰ ਮੌਕਾ ਮਿਲੇਗਾ ਤੇ ਉਹ ਫਿਰ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰਨਗੇ। ਅੰਮ੍ਰਿਤਸਰ ਤੋਂ ਮਮਤਾ ਦੇਵਗਨ ਦੇ ਨਾਲ ਸਰਬਜੀਤ ਸਿੰਘ।